तेरी भैन नूं मैं कदे वध कट गया जो देखो ओदी बूथा चक के आ जांदी है उन्हें तो बाईपास बना रखे छली जे तेरा कम निबड़ गया ना तो रोटी वाल हो ला सारा दिन जिले वांगू लगी रहनी है तू। हाँ जी मम्मी हुणी लगदी है रोटी नूं आए तो नहीं आता भी कम च हाथ बटा दा बस ऑर्डर ते ऑर्डर देने आंदे आ। आ तां छैली दा फोन इत्थे तां मेरी धी मनदीप दा फोन आया होया मैं देखा तां सही गल करके। हैलो मनदीप मम्मी तुसी भाभी कित्थे आ? ओ तां ना रसोई च रोटी बनाउण गई होई आ ना की गल अज भाभी दे फोन ते फोन कीता मां नूं भुल गई। मम्मी पहला ना तुसी अपना फोन चेक करो। मेरा फोन आ तां मेरे कोल ही पिया वा लै दस ਇੰਨੀਆਂ ਮਿਸ ਕਾਲਾਂ ਹੁਣ ਪਤਾ ਲੱਗਿਆ ਵੀ ਮੈਂ ਕਿਉਂ ਕੀਤਾ ਭਾਬੀ ਦੇ ਫੋਨ ਤੇ। ਓਹੋ ਇਹ ਤਾਂ ਸਾਇਲੈਂਟ ਤੇ ਲੱਗਿਆ ਪਿਆ ਮੈਨੂੰ ਤਾਂ ਹੀ ਨਹੀਂ ਪਤਾ ਲੱਗਿਆ। ਚਲੋ ਕੋਈ ਨਹੀਂ ਮੰਮੀ ਜੀ ਮੈਂ ਤਾਂ ਐ ਦੱਸਣ ਨੂੰ ਫੋਨ ਕੀਤਾ ਸੀ ਵੀ ਦੀਪ ਨੂੰ ਛੁੱਟੀਆਂ ਹੋ ਗਈਆਂ ਤੇ ਮੈਂ 10 ਦਿਨ ਵਾਸਤੇ ਤੁਹਾਡੇ ਕੋਲ ਰਹਿਣ ਵਾਸਤੇ ਆ ਰਹੀ ਆ। ਲੈ ਪੁੱਤ ਇਹ ਵੀ ਕੋਈ ਦੱਸਣ ਵਾਲੀ ਗੱਲ ਆ ਤੇਰਾ ਘਰ ਆ ਜਦੋਂ ਮਰਜ਼ੀ ਆ। ਚਲੋ ਠੀਕ ਆ ਮੰਮੀ ਜੀ ਮੈਂ ਤੁਹਾਡੇ ਨਾਲ ਨਾ ਫੇਰ ਗੱਲ ਕਰਦੀ ਆ। ਆ ਤਾਂ ਬਾਲਾ ਹੀ ਵਧੀਆ ਹੋਇਆ ਹੁਣ ਘੱਟੋ ਘੱਟ ਮੇਰੀ ਧੀ ਮੇਰੇ ਕੋਲ 10 ਦਿਨ ਤਾਂ ਰਹੂ ਆ ਤਾਂ ਖੁਸ਼ਖਬਰੀ ਮੈਂ ਛੈਲੀ ਨੂੰ ਦੇ ਕੇ ਆਉਣੀ ਆ। ਛੈਲੀ ਹਾਂਜੀ ਮੰਮੀ 5 ਮਿੰਟ ਰੁਕੋ ਬਸ ਮੈਂ ਹੁਣੇ ਲੈ ਕੇ ਆਈ ਰੋਟੀ। ਆ ਫੜ ਫੋਨ ਤੇਰੀ ਦੀਦੀ ਦਾ ਫੋਨ ਆਇਆ ਸੀ। ਅੱਛਾ ਮੰਮੀ ਕੀ ਕਹਿੰਦੇ ਦੀਦੀ? ਉਹ ਕਹਿੰਦੀ ਨਾ ਮੈਂ 10 ਦਿਨ ਰਹਿਣ ਲਈ ਆ ਰਹੀ ਆ। ਸੱਚੀ ਮੰਮੀ ਤੁਸੀਂ ਤਾਂ ਨਾ ਬੜੀ ਸੋਹਣੀ ਖਬਰ ਸੁਣਾਈ ਆ। ਇਹਨੂੰ ਕੀ ਹੋ ਗਿਆ ਪਹਿਲੀ ਵਾਰੀ ਮੇਰੀ ਕੁੜੀ ਦੇ ਆਉਣ ਤੇ ਖੁਸ਼ ਹੋ ਰਹੀ ਹੈ। ਮੰਮੀ ਇਸ ਵਾਰ ਤਾਂ ਨਾ ਮੈਂ ਬਹੁਤ ਪਲਾਨ ਬਣਾਏ ਨੇ ਅਸੀਂ ਬਾਹਰ ਘੁੰਮਾਂਗੇ ਫਿਰਾਂਗੇ ਬਹੁਤ ਸਾਰੀ ਸ਼ੋਪਿੰਗ ਕਰਾਂਗੇ ਆਖਰ ਦੀਦੀ ਵੀ ਤਾਂ ਕਿੰਨੇ ਚਿਰ ਬਾਅਦ ਆ ਰਹੇ ਨੇ। ਹਾਂ ਉਹ ਤਾਂ ਹੈ ਉਹਨੂੰ ਵਿਚਾਰੀ ਨੂੰ ਆਉਣ ਦਾ ਟਾਈਮ ਹੀ ਕਿੱਥੇ ਮਿਲਦਾ। ਮੰਮੀ ਸੱਚ ਦੱਸਾਂ ਨਾ ਦੀਦੀ ਦੀ ਸਾਸੀ ਵਾਲੀ ਭੈੜੀ ਆ ਉਹੀ ਨਹੀਂ ਦੀਦੀ ਨੂੰ ਘਰੋਂ ਨਿਕਲਣ ਦਿੰਦੀ। ਅੱਛਾ ਪਰ ਤੈਨੂੰ ਕਿਵੇਂ ਪਤਾ? ਮੰਮੀ ਦੀਦੀ ਨੇ ਨਾ ਆਪਦੀ ਸੱਸ ਦੀ ਮੇਰੇ ਕੋਲ 50 ਵਾਰ ਗੱਲ ਕੀਤੀ ਆ। ਤੂੰ ਨਾ ਸਹੀ ਕਹਿਨੀ ਆ ਉਹਦੀ ਸੱਸ ਤਾਂ ਹੈ ਹੀ ਨਹੀਂ ਕਿਸੇ ਕੰਮ ਦੀ ਨਾ ਤਾਂ ਉਹ ਆਪ ਕਿਤੇ ਜਾਂਦੀ ਹੈ ਨਾ ਉਹਨੂੰ ਕਿਤੇ ਜਾਣ ਦਿੰਦੀ ਹੈ। ਮੰਮੀ ਮੈਂ ਨਾ ਤੁਹਾਤੋਂ ਇੱਕ ਪਰਮਿਸ਼ਨ ਲੈਣੀ ਆ ਕਿਉਂ ਨਾ ਇਸ ਵਾਰ ਜਦੋਂ ਦੀਦੀ ਰਹਿਣ ਆਉਣ ਮੈਂ ਉਹਨਾਂ ਨੂੰ 2-3 ਹਜ਼ਾਰ ਵਾਲਾ ਸੂਟ ਹੀ ਲੈ ਦਾਂ। ਮੈਨੂੰ ਤਾਂ ਲੱਗਦਾ ਇਹਨੂੰ ਸੱਚੀ ਹੀ ਕੁਛ ਹੋ ਗਿਆ। ਕਿੱਧਰ ਖੋ ਗਈ ਮੰਮੀ ਜੇ ਤੁਹਾਨੂੰ ਚੰਗਾ ਨਹੀਂ ਨਾ ਲੱਗਿਆ ਫਿਰ ਮੈਂ ਰਹਿਣ ਦਿੰਦੀ ਹਾਂ। ਨਹੀਂ ਨਹੀਂ ਮੈਨੂੰ ਕਿਉਂ ਨਹੀਂ ਚੰਗਾ ਲੱਗੂਗਾ ਤੂੰ ਜਿੰਨੇ ਵਾਲਾ ਲੈ ਕੇ ਦੇਣਾ ਲੈ ਕੇ ਦੇ ਦੇ। ਠੀਕ ਆ ਮੰਮੀ ਜੀ। ਮੈਨੂੰ ਐਂ ਲੱਗਦਾ ਵੀ ਮੇਰਾ ਫੋਨ ਅੰਦਰ ਆਇਆ ਮੈਂ ਹੁਣੇ ਸੁਣ ਕੇ ਆਈ। ਕਮਾਲ ਆ ਇਸ ਵਾਰ ਤਾਂ ਮੰਮੀ ਨੇ ਮੈਨੂੰ ਜਮਾ ਹੀ ਨਹੀਂ ਮਨਾ ਕੀਤਾ ਹੈਗਾ ਵੀ ਤੂੰ ਆਪਣੀ ਭੈਣ ਨੂੰ ਕਿਉਂ ਲੈ ਕੇ ਦਿੰਦੀ ਆ 2-3 ਹਜ਼ਾਰ ਵਾਲਾ ਸੂਟ। ਚੱਲ ਵਧੀਆ ਹੀ ਆ ਆਈ ਵਾਰ ਦੀਦੀ ਮੇਰੇ ਲਈ ਲੈ ਕੇ ਆਉਂਦੀ ਆ ਇਸ ਵਾਰ ਮੈਂ ਉਹਨੂੰ ਕੁਛ ਦੇ ਦੂੰ। ਛੈਲੀ ਉਹ ਕੀ ਗੱਲ ਬੜੀ ਖੁਸ਼ ਹੈ? ਖੁਸ਼ੀ ਵਾਲੀ ਤਾਂ ਗੱਲ ਆ। ਉਹ ਫਿਰ ਮੈਨੂੰ ਵੀ ਦੱਸ ਦੇ ਕਿਹੜੀ ਖੁਸ਼ਖਬਰੀ ਹੈ? ਫਿਰ ਸੁਣੋ ਦੀਦੀ ਨਾ 10 ਦਿਨ ਲਈ ਰਹਿਣ ਲਈ ਆ ਰਹੇ ਨੇ। ਹਾਂ ਮੈਨੂੰ ਵੀ ਆਇਆ ਸੀ ਫੋਨ ਤਾਂ ਪਰ ਤੂੰ ਬੜੀ ਖੁਸ਼ ਹੈ ਮੈਂ ਤਾਂ ਇਸ ਗੱਲ ਤੇ ਹੈਰਾਨ ਆ। ਲੈ ਇਹ ਚ ਹੈਰਾਨ ਹੋਣ ਵਾਲੀ ਕਿਹੜੀ ਗੱਲ ਆ ਆਖਰ ਮੇਰੇ ਦੀਦੀ ਨੇ ਨਾਲੇ ਨਾ ਆਪਾਂ ਦੀਦੀ ਨੂੰ ਰੋਜ਼ ਟਿੱਕੀ ਗੋਲ ਗੱਪੇ ਦਹੀਂ ਭੱਲੇ ਖਵਾਇਆ ਕਰਾਂਗੇ ਬਹੁਤ ਮਜ਼ਾ ਆਊਗਾ। ਉਹ ਪਰ ਜਿੱਥੇ ਤੱਕ ਮੈਨੂੰ ਪਤਾ ਦੀਦੀ ਨੂੰ ਤਾਂ ਬਾਹਰਲੀਆਂ ਚੀਜ਼ਾਂ ਬਿਲਕੁਲ ਵੀ ਨਹੀਂ ਪਸੰਦ। ਲੈ ਐਵੇਂ ਨਹੀਂ ਪਸੰਦ ਦੀਦੀ ਦੀਆਂ ਇਹ ਚੀਜ਼ਾਂ ਤਾਂ ਫੇਵਰੇਟ ਨੇ। ਉਹ ਨਹੀਂ ਸ਼ੈਲੀ ਤੈਨੂੰ ਨਾ ਜ਼ਰੂਰ ਕੋਈ ਗਲਤ ਫਹਿਮੀ ਹੈ ਮਨਦੀਪ ਦੀਦੀ ਨੂੰ ਬਿਲਕੁਲ ਇਹ ਚੀਜ਼ਾਂ ਪਸੰਦ ਨਹੀਂ। ਮਨਦੀਪ ਦੀਦੀ? ਪਰ ਮੈਂ ਤਾਂ ਮਨਦੀਪ ਦੀ ਗੱਲ ਹੀ ਨਹੀਂ ਕਰ ਰਹੀ। ਉਹ ਫਿਰ ਹੋਰ ਤੂੰ ਕਿਹਦੀ ਗੱਲ ਕਰ ਰਹੀ ਆ? ਮੈਂ ਤਾਂ ਮੇਰੀ ਦੀਦੀ ਰੋਜੀ ਦੀ ਗੱਲ ਕਰ ਰਹੀ ਆ। ਉਹ ਪਰ ਆ ਤਾਂ ਮਨਦੀਪ ਦੀਦੀ ਰਹੇ ਨੇ। ਕੀ ਕਿਹਾ? ਹਾਂ ਮਨਦੀਪ ਆ ਰਹੀ ਹੈ। ਪਰ ਮੰਮੀ ਤੁਸੀਂ ਤਾਂ ਕਹਿ ਰਹੇ ਸੀ ਵੀ ਤੇਰੀ ਦੀਦੀ ਦਾ ਫੋਨ ਆਇਆ। ਕਿਉਂ ਮਨਦੀਪ ਤੇਰੀ ਦੀਦੀ ਨਹੀਂ? ਮੇਰੀ ਦੀਦੀ ਨੇ ਪਰ ਅੱਗੇ ਕਦੇ ਮਨਦੀਪ ਦੀਦੀ ਨੇ ਮੇਰੇ ਫੋਨ ਤੇ ਫੋਨ ਨਹੀਂ ਕੀਤਾ। ਦੇਖ ਲੈ ਪੁੱਤ ਇੰਨੀ ਬਣਦੀ ਆਨੰਦ ਭਰਜਾਈ ਦੀ ਇੱਕ ਦੂਜੇ ਨੂੰ ਫੋਨ ਵੀ ਨਹੀਂ ਕਰਦੀਆਂ। ਓਹੋ ਮੰਮੀ ਮੈਂ ਸਾਰੀ ਗੱਲ ਸਮਝ ਗਿਆ ਇਹਨੂੰ ਤਾਂ ਐਂ ਲੱਗਿਆ ਇਹਦੀ ਭੈਣ ਰੋਜੀ ਨੇ ਆਉਣਾ।
हाँ जी जदों ना मम्मी ने मैनू फोन लिया के दिता मम्मी कहते तेरे दीदी का फोन आया तो मैं आए समझ गई भी कि मेरी रोजी दीदी का फोन आया ताही ताही मैं भी कहा ये मनदीप आई तो इन्ना खुश किवें आ मैनू तो हूँ पता चलिया दो तीन हजार वाला सूट ना मेरी धी नू नहीं आपदी भैन नू लैके देना सी इन्हें यही तो मैं सोच रही सी भी मम्मी ने दीदी लई किवें हाँ करती भी मैं उन्होंने इन्ना महंगा सूट लैके दे दा देख ला पुत तेरी भैन नू देख के यह जरदी नहीं जे मम्मी तुसी मैनू ऐ कहने हो ना तो यह गल थोड़े ते भी लागू हुंदी आ तुसी भी मेरी दीदी नू देख के ना जरदे नहीं ना तेरी भैन नू मैं कदे वध घट कहा जो देखो ओदी बूथा चक के आ जाती है उन्हें तो बाईपास बना रखे थोड़ी धी भी ना छे छे महीने बाद नहीं आती एक महीने च चार चार गेड़े ला जाती है देख देख किवें बोलदी है मैनू मैं नहीं बोलती तुसी ही बोलन लाया मैनू ओ बस करो तुसी तो मेरे सामने नहीं लड़नो हटदी हाँ मेरे बाद च पता नहीं की हाल हुंदा वो थोड़ा नाले मैनू नहीं सी पता ਤੁਸੀਂ ਦੋਵੇਂ ਜਾਣੇ ਆਪਦੇ ਹੀ ਭੈਣ ਭਾਈ ਆਏ ਤੇ ਮੱਥੇ ਤਿਉੜੀਆਂ ਪਾ ਲੈਣੀ ਹੋ ਉਹ ਫੇਰ ਕੀ ਹੋ ਗਿਆ ਕਿਸੇ ਦੀ ਤੇਰੀ ਭੈਣ ਰੋਜੀ ਹੈ ਕਿਸੇ ਦੀ ਮੇਰੀ ਭੈਣ ਮਨਦੀਪ ਹੈ ਉਹਨਾਂ ਦਾ ਹੀ ਘਰ ਹੈ ਉਹ ਕਦੋਂ ਮਰਜ਼ੀ ਆ ਜਾ ਸਕਦੇ ਨੇ ਸ਼ੈਲੀ ਮੈਨੂੰ ਆਏ ਦੱਸ ਜਿਹੇ ਜਿਹੇ ਰੋਜੀ ਦੀਦੀ ਨੇ ਤੈਨੂੰ ਉਹੋ ਜਿਹੀ ਤੈਨੂੰ ਮਨਦੀਪ ਦੀਦੀ ਨੇ ਨਾ ਤੂੰ ਰੋਜੀ ਦੀ ਆਈ ਤੇ ਖੁਸ਼ ਤੇ ਮਨਦੀਪ ਦੀਦੀ ਦੀ ਆਏ ਤੇ ਮੂੰਹ ਕਿਉਂ ਬਣਾ ਲੈਣੀ ਹੈ ਹੁਣ ਮੰਮੀ ਤੁਸੀਂ ਦੱਸੋ ਜਦੋਂ ਵੀ ਇਹਦੇ ਰਿਸ਼ਤੇਦਾਰਾਂ ਨੇ ਆਉਣਾ ਹੁੰਦਾ ਤੁਸੀਂ ਔਖੇ ਕਿਉਂ ਹੋ ਜਾਂਦੇ ਹੋ ਉਹ ਕੋਈ ਵੀ ਆਉਂਦਾ ਨਾ ਅਗਲਾ ਬੜੇ ਚਾਅ ਨਾਲ ਆਉਂਦਾ ਪਰ ਤੁਹਾਡੇ ਦੋਨਾਂ ਦੇ ਮੂੰਹ ਦੇਖ ਕੇ ਜਾਂ ਇਹਨੇ ਚਾਰ ਦਿਨ ਰਹਿਣਾ ਨਾ ਅਗਲਾ ਦੋ ਦਿਨਾਂ 'ਚ ਹੀ ਮੁੜ ਜਾਂਦਾ ਸੋਰੀ ਜੀ ਅੱਜ ਜਿਹੜਾ ਆਹ ਸਾਰਾ ਕੁਛ ਹੋਇਆ ਨਾ ਮੇਰੀ ਗਲਤੀ ਕਰਕੇ ਹੀ ਹੋਇਆ ਯਕੀਨ ਕਰਿਓ ਮੈਂ ਅੱਜ ਤੋਂ ਬਾਅਦ ਕਦੇ ਵੀ ਦੀਦੀ ਹੁਣੀ 'ਚ ਫਰਕ ਨਹੀਂ ਕਰਦੀ ਪਰ ਅੱਜ ਜੋ ਕੁਛ ਹੋਇਆ ਨਾ ਚੰਗਾ ਹੀ ਹੋਇਆ ਤੁਹਾਨੂੰ ਸਮਝ ਵੀ ਐਂ ਲੱਗਣੀ ਸੀ